ਕਹਿੰਦੇ ਓਰਲੈਂਡੋ ਕੋਈ ਪੰਜਾਬੀ ਨਹੀਂ ਰਹਿੰਦਾ, ਨਾਲੇ ਕਹਿੰਦੇ ਅੱਜ ਮੰਗਲਵਾਰ ਆ। ਦਲਜੀਤ ਦੋਸਾਂਝ ਦਾ ਬੀਤੇ ਦਿਨ ਓਰਲੈਂਡੋ ਵਿਖੇ ਲਾਈਵ ਸ਼ੋਅ ਸੀ। ਇਸ ਦੌਰਾਨ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਓਰਲੈਂਡੋ ਸ਼ੋਅ ਤੋਂ ਬਾਅਦ ਇੱਕ ਰੀਲ ਸਾਂਝੀ ਕੀਤੀ, ਜਿਸ ਵਿੱਚ ਉਹਨਾਂ ਨੇ ਕਿਹਾ ਉਹਨਾਂ ਨੂੰ ਪਹਿਲਾਂ ਸੁਣਨ ਵਿੱਚ ਆਇਆ ਸੀ ਕਿ ਇਸ ਸ਼ਹਿਰ ਵਿੱਚ ਕੋਈ ਪੰਜਾਬੀ ਵਾਸ ਨਹੀਂ ਕਰਦਾ, ਪਰ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਸ਼ੋਅ ਵਿੱਚ ਪੰਜਾਬੀਆਂ ਨਾਲ ਭਰੇ ਅਰੀਨਾ ਦੇ ਦ੍ਰਿਸ਼ ਵੀ ਸਾਂਝੇ ਕੀਤੇ। ਪਹਿਲਾਂ ਇਸ ਤੋਂ ਇਹ ਤਾਂ ਸਾਫ਼ ਪਤਾ ਚੱਲਦਾ ਹੈ ਕਿ ਦਲਜੀਤ ਦੋਸਾਂਝ ਨੂੰ ਚਾਹੁਣ ਵਾਲੇ ਦੁਨੀਆ ਦੇ ਹਰ ਇੱਕ ਕੋਨੇ ਵਿੱਚ ਹਨ, ਅਤੇ ਇਸ ਦੌਰਾਨ ਦਲਜੀਤ ਦੋਸਾਂਝ ਆਪਣੀ ਮਿਹਨਤ ਦੇ ਸਦਕਾ ਖੂਬ ਵਾਹ ਵਾਹੀ ਖੱਟ ਰਿਹਾ ਹੈ। ਬਾਕੀ ਤੁਹਾਡਾ ਇਸ ਸਭ ਬਾਰੇ ਕੀ ਕਹਿਣਾ ਹੈ, ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ।